ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਅਤੇ ਸਮਰਥਕਾਂ ਤੇ ਡੇਰਾ ਸਿਰਸਾ ਪ੍ਰੇਮੀਆਂ ਵੱਲੋਂ ਹਮਲੇ ਦੇ ਤੱਤ ਮਾਨਸਾ ਪੁਲਿਸ ਨੇ ਇਕੱਤਰ ਕਰ ਲਏ। ਪੁਲਿਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਰਿਪੋਰਟ ਬਣਾ ਕੇ SSP ਬਠਿੰਡਾ ਨੂੰ ਭੇਜ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਲੋਕ ਸਭਾ ਹਲਕਾ ਬਠਿੰਡਾ ਤੋਂ ਉਮੀਦਵਾਰ ਗੁਰਸੇਵਕ ਸਿੰਘ ਜਵਾਰਕੇ ਦੇ ਮਾਨਸਾ ਜ਼ਿਲ੍ਹੇ ਅਧੀਨ ਪੈਂਦੇ ਪਿੰਡ ਰਾਮਪੁਰ ਮੰਡੇਰ ਵਿੱਚ ਚੋਣ ਜਲਸੇ ਤੇ ਡੇਰਾ ਸਿਰਸਾ ਪ੍ਰੇਮੀਆਂ ਵੱਲੋਂ ਹਥਿਆਰਬੰਦ ਹੋ ਕੇ ਹਮਲਾ ਬੋਲ ਦਿੱਤਾ ਸੀ। ਮਾਨਸਾ ਵਿੱਚ ਸਹਾਇਕ SP ਅੰਕੁਰ ਗੁਪਤਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਨੇ ਇਸ ਹਮਲੇ ਤੇ ਸਾਰੇ ਤੱਤ ਇਕੱਠੇ ਕਰਕੇ ਰਿਪੋਰਟ SSP ਬਠਿੰਡਾ ਨੂੰ ਭੇਜ ਦਿੱਤੀ ਹੈ। ਇਹ ਮਾਮਲਾ ਇਹ ਹੈ ਜੀ, ਮੰਡੇਰ ਪਿੰਡ ਹੈਗਾ ਬੋਹਾ ਥਾਣੇ 'ਚ, ਬੁਲਾਡਾ ਵਿਧਾਨ ਸਭਾ ਹਲਕਾ। ਕੱਲ੍ਹ ਅਸੀਂ ਉੱਥੇ ਸੰਗਤ ਨੂੰ ਮਿਲਣ ਵਾਸਤੇ ਗਏ ਸੀਗੇ ਅਤੇ ਅਸੀਂ ਬੰਬ ਬਲਾਸਟ ਦੀ ਜਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਸਾਰੀ ਬੰਬ ਬਲਾਸਟ ਵੀ ਡੇਰਾ ਪ੍ਰੇਮੀਆਂ ਨੇ ਕਰਿਆ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵੀ ਡੇਰਾ ਪ੍ਰੇਮੀਆਂ ਨੇ ਕਰਿਆ। ਜਦੋਂ ਅਸੀਂ ਸੰਗਤ ਦੇ ਨਾਲ ਇਹਦੀ ਗੱਲ ਕਰ ਰਹੇ ਸੀ ਤਾਂ ਇੱਕ ਘਰ 'ਚੋਂ ਨਿਕਲ ਕੇ ਅਤੇ ਅਮਨਦੀਪ ਕੌਰ, ਜਿਹੜੀ ਅਮਨਦੀਪ ਲੇਡੀ ਕਾਂਸਟੇਬਲ ਹੈ ਮਾਨਸਾ ਜ਼ਿਲ੍ਹੇ ਦੀ ਪੁਲਿਸ ਦੀ ਮੁਲਾਜ਼ਮ ਹੈ, ਉਹਦੇ ਨਾਲ ਤਿੰਨ ਲੜਕੀਆਂ ਹੋਰ ਸੀਗੀਆਂ ਅਤੇ ਇੱਕ ਉਹਦਾ ਭਰਾ ਗੁਰਵਿੰਦਰ ਇੰਸਾ, ਜਿਹਦੇ ਹੱਥ ਦੇ ਵਿੱਚ ਆ ਪਿਸਟਲ ਵੀ ਫੜੇ ਹੋਏ ਆ, ਤੁਸੀਂ ਦੇਖ ਲਓ ਆ ਪਿਸਟਲ ਫੜੇ ਹੋਏ ਹੈ। ਇਹ ਅਸਲਾ ਲੈ ਕੇ ਉੱਥੇ ਪਹੁੰਚਿਆ, ਦੋ ਇਹਦੇ ਨਾਲ ਹੋਰ ਇੰਸਾ ਸੀਗੇ, ਇੱਕ ਇਹਦਾ ਪਿਓ ਸੀ ਅਮਰੀਕ ਸਿੰਘ, ਇਹਦੀ ਮਾਂ ਸੀ ਹਰਬੰਸ ਕੌਰ, ਅਤੇ ਸਾਰਿਆਂ ਦੇ ਲੋਕਟ ਪਾਏ ਹੋਏ ਸੀਗੇ ਅਤੇ ਇਹਨਾਂ ਨੇ ਸਾਡੇ ਉਹਦੇ ਉੱਤੇ ਇੱਟਾਂ ਰੋੜੇ ਚਲਾਉਣੇ ਸ਼ੁਰੂ ਕਰਤੇ ਅਤੇ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ। ਸਾਨੂੰ ਕੰਪਲੇਂਟ ਮਿਲੀ ਸੀ, ਮੈਨੂੰ ਮਾਰਕ ਹੋਈ ਹੈ ਵੱਲੋਂ ਗੁਰਸੇਵਕ ਸਿੰਘ ਜਵਾਰਕੇ, ਜਿਹੜੇ ਲੋਕ ਸਭਾ ਹਲਕਾ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੈਂਡੀਡੇਟ ਨੇ, ਇਹਨਾਂ ਨੇ ਕੰਪਲੇਂਟ ਦਿੱਤੀ ਸੀ ਜਿਹੜੀ ਮੈਨੂੰ ਪੜਤਾਲ ਲਈ ਮਾਰਕ ਹੋਈ ਸੀ। ਉਹਦੇ ਵਿੱਚ ਮੈਂ ਕੱਲ੍ਹ ਹੀ ਸਾਰੀ ਪੜਤਾਲ ਕਰਕੇ ਮੁਕੰਮਲ ਕਰਕੇ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਹੈ ਉਹਦੇ ਲਈ SSP ਸਾਹਿਬ ਨੂੰ ਲਿਖ ਦਿੱਤਾ ਹੈ, ਅਮਲ ਵਿੱਚ ਲਿਆਂਦੀ ਜਾਊਗੀ ਜਿਹੜੀ ਵੀ ਬਣਦੀ ਕਾਨੂੰਨੀ ਕਾਰਵਾਈ ਹੈਗੀ। ਮਾਨਸਾ ਤੋਂ ਜਗਦੀਸ਼ ਬਾਂਸਲ ਦੀ ਰਿਪੋਰਟ।